ਲੋ ਬਾਈ ਅੱਜ ਐਤਵਾਰ ਦਾ ਖੇਤਾਂ ਚ ਆਏ ਵੇ ਤੇ ਤੇ ਆ ਲਿਆ ਚਾਚੀ ਜੱਗੂ ਨੇ। ਨਹੀਂ ਗੱਲ ਗਲਤ ਆ ਯਾਰ, ਤੁਹਾਨੂੰ ਵੀ ਲਿਆਣਾ ਚਾਹੀਦਾ ਸੀ। ਹਾਂ ਉਹ ਆਇਆ ਵੀ ਪਿੱਛੇ ਡੰਗਰ ਡੁੰਗਰ ਵੀ ਆ, ਡੰਗਰਾਂ ਦਾ ਕਰਕੇ ਔਖਾ ਹੋਇਆ। ਡੰਗਰਾਂ ਇਹਨਾਂ ਰਾਤ ਨੂੰ ਆ ਜਾਣਾ ਯਾਰ, ਉਹਨਾਂ ਨੇ ਅਸੀਂ ਚਲੇ ਜਾਣਾ। ਆਹੋ ਤਾਂ ਹੈ, ਪਾਰਟੀ ਫੇਰ ਇੱਕ ਵਿਆਹ ਦੀ ਉਹਦੀ ਉਹ ਆਹੋ ਤਾਂ ਹੈ। ਜਾ ਸਾਡੇ 11 ਵਜੇ ਪਾਰਟੀ ਹੋਣੀ, ਅਸੀਂ ਜੇ ਸਾਜਰੇ ਚਲੇ ਗਏ 9-10 ਵਜੇ ਨੂੰ ਪੁੱਜ ਜਾਣਾ। ਉਹ ਨਾਲੇ ਹੈ ਵੀ ਦੂਰ ਆ ਫਿਰ, ਜਮਨਾ ਨਗਰ ਘੱਟ ਰਸਤਾ ਬਾਥਮਾ ਜੀ ਸਿੱਧਾ। ਨਾ ਫੇਰ ਤਾਂ ਰਹਿਣ ਦੋ, ਫੇਰ ਤਾਂ ਉਰੀ ਖਾ ਪੀ ਲਓ, ਸੌਰੀ ਖਾ ਪੀ ਲਓ, ਠੀਕ ਨੀ ਗੱਲ ਤਾਂ ਠੀਕ ਹੈ ਤੂੰ। ਚਾਚਾ ਵੋਲਟ ਦੇਖਦਾ ਬਾਈ, ਵੋਟ ਬਾਈ ਤੇਰਾ ਠੀਕ ਹੈ, ਵਧੀਆ ਹੈ ਨਾ, ਵਧੀਆ ਮਾਰਿਆ, ਵਧੀਆ ਸੌਦਾ ਤੇਰਾ, ਸੌਦਾ ਤੇਰਾ ਕੋਈ ਵੀ ਮਾੜਾ ਨਹੀਂ, ਨਾ ਟਰੈਕਟਰ ਦਾ ਨਾ ਮੋਟਰਸਾਈਕਲ ਦਾ ਨਾ ਗੱਡੀ ਦਾ। ਅੱਛਾ ਹੁਣ ਨਾ ਵਾ, ਹੁਣ ਥੋੜਾ ਹੌਸਲਾ ਜਿਹਾ ਖੁੱਲ ਗਿਆ, ਉਹ ਫੇਰ ਬੰਦੇ ਨੂੰ ਭੇਤ ਆਇਆ। ਹਾਂ ਹੌਸਲਾ ਖੁੱਲ ਗਿਆ, ਹੁਣ ਵਾ ਥੋੜਾ ਜਿਹਾ ਵੀ ਐ ਹੁੰਦਾ ਵੀ ਕੋਈ ਗੱਲ ਨਹੀਂ, ਵਾਧਾ ਸਹੀ ਘਾਟਾ ਸਹੀ ਦੇਖੀ ਜਾਊਗਾ, ਠੀਕ ਨੀ। ਤੇ ਇਹ ਥੋੜਾ ਜਿਹਾ ਵੀ ਇਹ ਕੰਮ ਜਿਹੜਾ ਹੈਗਾ ਵਪਾਰ ਦਾ, ਇਹਦੇ ਵਿੱਚ ਐਂ ਰਿਸਕ ਲੈਣਾ ਪੈਂਦਾ। ਹਾਂ ਜੇ ਆਪਾਂ ਚੀਜ਼ ਲੈਣ ਤਾਂ ਡਰੀ ਜਾਉਂਗੇ, ਫੇਰ ਨਹੀਂ ਆਪਾਂ ਲੈ ਸਕਦੇ। ਹਾਂ ਹਰੇਕ ਕੰਮ 'ਚ ਰਿਸਕ ਹੈ, ਉਹੀ ਗੱਲ ਹੈ, ਖੇਤੀ 'ਚ ਵੀ ਰਿਸਕ ਆ, ਖੇਤੀਮਾ ਵੀ ਰਿਸਕ ਆ। ਮਨੇ ਹੁਣ ਤੇਰੇ ਸਾਹਮਣੇ ਆਪਾਂ ਬਾਹਰ ਰਹਿ ਕੇ ਆਏ, ਬਾਹਰ ਕਿਹੜੇ ਔਖਾ ਏ। ਉਹ ਠੀਕ ਆ ਬਾਈ, ਸੌਦਾ ਤੇਰਾ ਬਹੁਤ ਵਧੀਆ ਹੈ, ਬੰਦਾ ਜਾਣੀ ਵਜਨ ਚ ਹੈਵੀ ਉਹਦੇ ਨਾਲ, ਠੀਕ ਹੈ। ਬਾਕੀ ਬਾਈ ਇਹਦੀ ਪਰਸੋਂ ਚੌਥ ਆਪਾਂ ਨੇ ਹਾਂਜੀ ਹਾਂ ਸੈਲਫ ਸਟਾਰਟ ਵਾਲਾ, ਹਾਂ ਥੋੜੀ ਬੈਟਰੀ ਨਾ ਸਿਆਲ ਕਰਕੇ ਹੋਈ ਵੀ ਹੈ, ਬੈਟਰੀ ਰਖਾਉਣੀ ਇਹਦੀ। ਆਪਣੇ ਕੋਲ ਕੱਲ ਨੂੰ ਬਾਈ ਨੇ ਦੂਰੋਂ ਆਉਣਾ ਤੇ ਮੈਂ ਕਿਹਾ ਬਾਈ ਕੋਈ ਗੱਲ ਨੀ ਤੂੰ ਦੇਖ ਲਈ ਆ ਕੇ, ਜੇ ਕਹਿੰਦਾ ਬਾਈ 100 ਚੋਂ ਕਹਿੰਦਾ 100% ਮੈਂ ਲਿਓ ਜਾਣਾ ਤੇ ਉਹ ਬਾਈ ਕਹਿੰਦਾ ਪੈਸੇ ਦਾ ਚਾਚੀ ਉਹ ਬੰਦਾ ਸਾਰੇ ਨੂੰ ਪਿੰਡ ਕਹਿੰਦਾ ਬਾਈ ਤੁਹਾਡੇ ਭਰੋਸਾ ਹੀ ਬਹੁਤ ਆ ਯਾਰ। ਇੱਕ ਹੋਰ ਆਇਆ ਚਾ ਆਪਣੇ ਦੇ ਨਾ ਪਿੰਡ ਵਾਲੇ ਕਰਕੇ ਲੋਕ ਜਾਣਦੇ ਆ, ਲੋਕਾਂ ਨੂੰ ਤਵਾਰ ਹੋ ਜਾਂਦਾ ਆਪਣੇ। ਇੱਕ ਗੱਲ ਮੈਂ ਜਿਹੜੀ ਗੱਲ ਦੱਸਤੀ ਅਗਲੇ ਨੂੰ ਉਹੀ ਗੱਲ ਨਿਕਲਣੀ ਹਾਂ, ਇਹਦਾ ਉਹਦਾ ਹੁਣ ਉਹਦਾ ਫਰਕ ਆਉਣਾ ਆਪਣੇ ਤੇ ਚੈਨਲ ਸਾਰੀ ਮਾਲਾ ਚੈਨਲ ਹੈਗੇ। ਹਾਂ ਤੇਰਾ ਵੀ ਚੈਨਲ ਹੈ, ਬੰਦਾ ਝੂਠ ਨਹੀਂ ਬੋਲਦਾ, ਅਗਲਾ ਕੱਲ੍ਹ ਉਹਦਾ ਬਾਈ ਝੂਠ ਬੋਲਦੇ ਆ, ਉਹੀ ਗੱਲ ਹੈ, ਜਿਹੜੀ ਚੀਜ਼ ਆ ਗਈ ਉਹਨੂੰ ਦਿਖਾ ਦੱਸ ਦੇਣੀ, ਸੱਚੀ ਦਿਖਾ ਦੇਣੀ। ਹਾਂ ਸਹੀ ਦਿਖਾ ਦੇਣੀ ਅਗਲੇ ਨੂੰ ਭਾਈ ਆਹ ਚੀਜ਼ ਹੈ, ਉਹੀ ਗੱਲ ਹੈ, ਕੋਈ ਨਹੀਂ ਗੁਰੂ ਵਜਕਣਾ ਹੈ, ਨਾ ਬਸ ਉਹੀ ਗੱਲ ਹੈ, ਕੋਈ ਫਾਇਦਾ ਨਹੀਂ ਉਹਦਾ, ਕੋਈ ਫਾਇਦਾ ਨਹੀਂ ਹੈਗਾ, ਬਸ ਕੀ ਕਰਨਾ ਉਹੀ ਗੱਲ ਹੈ। ਬਾਕੀ ਬਾਈ ਉਦਣ ਦੱਸਿਆ ਤਾਂ ਰੇਜ਼ਲ ਨੇ ਚੱਲਿਆ ਵਾ ਇਹ ਬਾਈ 23,000 ਕਿਲੋਮੀਟਰ ਚੱਲਿਆ ਵਾ ਰੇਜ਼ਲ ਨਾਲ, ਠੀਕ ਆ ਜੀ। ਅਮਨ ਮਾੜਾ ਸਟਾਰਟ ਕਰਕੇ ਵੀ ਦਿਖਾ ਦੇ ਬਾਈ ਇਹਨੂੰ, ਮਾਰ ਦੇ ਕਿੱਕ ਬਾਈ, ਮੇਤੇ ਥੋੜਾ ਔਖਾ ਹੁੰਦਾ, ਅਮਨ ਇਹਨੂੰ ਪਹਿਲੀ ਕਿੱਕ ਕਰ ਦਿੰਦਾ, ਮੇਤੇ ਨਹੀਂ ਹੁੰਦਾ ਸਟਾਰਟ, ਉਹ ਆਏ ਫਿਰ ਇਹਨੇ ਚਲਾਉਣਾ ਹਿੱਲਿਆ। ਲਓ ਬਾਈ ਵਾਹ ਤਾਂ ਪੂਰੀ ਵਧੀਆ, ਕੋਈ ਲੀਕਿੰਗ ਨਹੀਂ ਹੈਗੀ, ਕੁਛ ਨਹੀਂ ਹੈਗਾ, ਸਹੀ ਹੈ, ਆਹ ਉਹਦਾ ਹੈ
ਕੂਲਰ ਦੇਖ ਲੋ ਬਾਈ, ਕਈ ਜਣੇ ਮੈਨੂੰ ਪੁੱਛੀ ਜਾਣੇ ਬਾਈ ਤੁਹਾਡੇ ਏਰੀਏ ਚ ਬੂਟਾ ਹੀ ਬੂਟਾ ਲੱਗਿਆ। ਮੈਂ ਕਿਹਾ ਇਸ ਬਾਰ ਚ ਤਾਂ ਚਾਚੇ ਇਧਰ ਸਮਰਾਲ ਏਰੀਏ ਚ ਝਾੜ ਸਾਹਿਬ ਵੱਲ ਬੂਟੇ ਐਤਕੀ, ਉਧਰ ਵੀ ਲੋਕਾਂ ਨੇ ਬੂਟਾ ਲਾ ਦਿੱਤਾ ਬਹੁਤ ਘੱਟ ਚੱਲ ਗਏ ਘਾਟਾ ਪਿਆ ਜਦ ਤੇ ਲੋਕਾਂ ਨੇ ਫਸਲ ਦੇਖਣ ਲੱਗ ਜਾਂਦੀ। ਅਗਲਾ ਕਹਿੰਦਾ ਫਸਲ ਮੂਹਰੇ ਆਈ, ਲੋਕਾਂ ਨੇ ਗਣਵਾਸਾ ਘੁਮਾਉਣ ਨੂੰ ਟਾਈਮ ਹੀ ਲਾਇਆ ਫਿਰ ਸਾਫੇ ਕਰਤੇ ਫਿਰ। ਪਰ ਹੁਣ ਤਾਂ 4-5 ਸਾਲ ਹੋ ਗਏ ਰੇਟ ਇੱਕੋ ਜਗ੍ਹਾ ਟਿਕਿਆ ਹੋਇਆ ਰੇਟ ਇੱਕ ਹੋਰ ਹੋ ਗਿਆ ਨਾ, ਅੱਗੇ ਪਾਲਣ ਬੂਲਣ ਵੀ ਥੋੜਾ ਇੱਕਣੇ ਚੁਕਾ ਕੇ ਗਰੇ ਲਾਉਣੇ ਪੈਂਦੇ ਚੁਕਾ ਗਰੇ। ਹਾਂ ਜਿਹੜਾ ਬਾਲਣ ਦਾ ਟੋਕਾ ਆਇਆ ਉੱਪਰਲਾ ਰਹਿ ਜਾਂਦਾ ਸਭ ਟੋਕਾ ਹੋਇਆ ਚੱਲ ਭੱਠੀਆਂ ਚ ਲੁੱਦੇ ਹਣੇ, ਹਾਂ ਸਭ ਲੱਗ ਗਿਆ ਇਹੋ ਮੋਟਾ ਡੰਡਾ ਟੁੱਕ ਦਿੰਦੀ ਹੁਣ। ਨਾਲੇ ਹੋਰ ਆ ਜੀ ਇਹ ਨਾ ਜਿਹੜੀ ਬੋਰਡ ਪਲਾਈ ਇਹਦੀ ਬਾਹਰ ਨੂੰ ਲੱਗ ਗਈ ਐਕਸਪੋਰਟ ਹੋਣ, ਪਹਿਲਾਂ ਆਪਣੇ ਇੰਡੀਆ ਮਨੇ ਹੁਣ ਬਾਹਰ ਨੂੰ ਸਾਰਾ ਗਲਫ ਵਿੱਚ। ਹਾਂ ਚੱਗੂ ਗੱਲ ਹੋਰ ਵੀ ਆ, ਇਹ ਆਪਣੇ ਏਰੀਏ ਚ ਲੱਗਦਾ ਹੋਰ ਪਾਸੇ ਨੀ ਲੱਗਦਾ, ਆਪਣੇ ਚਮਕੌਰ ਤੇ ਪਰੋਂ ਟੱਪ ਜਾ ਹੈਗਾ ਕਿਧਰ, ਉਧਰ ਹੈ ਨਹੀਂ ਉਧਰ, ਇਹ ਆਪਣੀ ਧਰਤੀ ਫੜਦੀ ਹੈ, ਆਪਣੀ ਧਰਤੀ ਫੜਦੀ ਹੈ, ਆਪਣੇ ਫੜਦੀ ਹੈ ਸੇਮ ਏਰੀਆ। ਹਾਂ ਅੱਛਾ, ਜਿੱਥੇ ਨਹੀਂ ਫੜਦੀ ਉੱਥੇ ਲਾ ਕੇ ਵੀ ਫਾਇਦਾ ਨੀ, ਨਾ ਹੁੰਦਾ ਇਹਨੂੰ ਸੂਕ ਲੱਗ ਗਈ ਫਿਰ। ਹਾਂ ਉਹੀ ਗੱਲ, ਆਪਣੇ ਤਾਂ ਸਾਡੇ ਦਾ ਪਾਣੀ ਉੱਪਰ ਹੈ, ਸੂਕ ਘੱਟ ਹੈ, ਇਹਦੇ ਕਰਕੇ ਬੂਟਾ ਹੋ ਜਾਂਦਾ। ਨਾਲੇ ਇਹ ਮੰਗਦਾ ਵੀ ਪਾਣੀ, ਗਰਮੀ ਚ ਪਾਣੀ ਬਹੁਤ ਮੰਗਦਾ, ਗਰਮ ਪਾਣੀ ਡਾਇਰ ਲੱਗੇ ਨਾ 4 ਵਜੇ ਤਾਂ ਪੱਤੇ ਝੜਨ ਲੱਗ ਜਾਂਦੇ ਆ। ਹਾਂ ਗਰਮੀ ਚ ਪਾਣੀ ਬਹੁਤ ਮੰਗਦਾ, ਪਾਣੀ ਪੂਰਾ ਮੰਗਦਾ ਇਹ, ਉਹੀ ਗੱਲ ਹੈ, ਰੋਹੀ ਰੋਹੀ ਠੀਕ ਹੈ। ਹਾਂ ਗੰਨਾ ਗੁੰਨਾ ਕਿੰਨਾ ਰਹਿ ਗਿਆ ਜੀ ਹੋਰ? ਗੰਨਾ ਹੈਗਾ ਆ ਆਪਣੇ ਪਾ ਕੁਛ ਤਾਂ ਬੀਜਵਾ ਜਾਣਾ ਹੈ। ਅੱਛਾ ਜੀ, 1.5 ਕਿੱਲਾ ਠੀਕ ਆ, ਹੈਗੀਆਂ 7 ਕੁ ਪਰਚੀਆਂ, ਹੋਰ 7 ਪਰਚੀਆਂ ਹੈਗੀਆਂ, 6-7 ਹੈਗੀਆਂ, ਅੱਧ ਦੇ ਵੱਧ ਤਾਂ ਨਿਬੇੜਤਾ, ਅੱਧ ਮਾ ਚਲੇ ਗਿਆ ਸਮਝ ਲਾ ਤੂੰ। ਅੱਛਾ ਅੱਧ ਮਾ ਗਿਆ ਠੀਕ ਆ ਠੀਕ ਆ। ਹੋਰ ਧੰਦੇ ਦਾ ਆ ਜਾਂਦਾ ਫੋਨ ਫਾਨ? ਧੰਦੇ ਦਾ ਅੱਜ ਆਇਆ ਤਾਂ ਉਹਦੇ ਬੂਟੇ ਲਵਾਏ ਬਾਈ ਅੱਜ ਧੰਦੇ ਦੇ। ਅੱਛਾ ਹਾਂ, ਕਹਿੰਦਾ ਮਾ ਦੱਸਦੇ ਹੁਣ ਕਿਆ ਫੁੱਟ ਪੋ ਲਾਉਣਾ। ਇਟਲੀ ਮਾ ਤਾਂ ਬਾਈ ਮੇਰਾ ਵੀ ਡੈਡੀ ਰਹਿ ਕੇ ਉੱਥੇ, ਇਟਲੀ ਤਾਂ ਬਹੁਤ ਕੰਮ ਲੈਣੇ ਆ ਉੱਥੇ ਤਾਂ। ਬਾਕੀ ਅਮਨਦੀਪ ਨੂੰ ਵੀ ਮੇਰੇ ਹਿਸਾਬ ਨਾਲ 9-10 ਸਾਲ ਹੋ ਗਏ ਬਾਹਰ ਗਏ ਨੂੰ, ਪਤਾ ਹੀ ਆ ਪਹਿਲਾਂ ਅਸੀਂ ਇਕੱਠੇ ਹੀ ਤੇ ਉੱਥੇ ਕਤਰ ਵਿੱਚ ਹੈ। ਹਾਂ 15 ਸਾਲ 24 ਚੜ ਗਿਆ, 15 ਚ ਗਿਆ ਤਾਂ ਕਵੈਤ ਨੂੰ ਜੀ, ਇਹ ਨਹੀਂ ਤੂੰ ਬਾਅਦ ਮੰਗਿਆ ਤਾਂ, ਨਹੀਂ ਨਹੀਂ ਪਹਿਲਾਂ ਇਹ ਉੱਥੇ ਨੂੰ ਗਿਆ ਤਾਂ, ਤੂੰ 17 ਚ ਗਿਆ, ਮੈਂ 17 ਚ ਗਿਆ, ਮੈਂ ਤਾਂ ਬਈ ਮੈਂ ਤਾਂ ਜਾਣੀ ਕਿ ਪੂਰੇ 5 ਸਾਲ ਲਾ ਕੇ ਆ ਗਿਆ, ਆਹੋ ਦੇਖ ਆਇਆ ਪੂਰਾ ਜੋ ਵੀ ਹੁੰਦਾ ਵਧੀਆ, ਚਲੋ ਨਾ ਠੀਕ ਹੈ ਚਲੋ ਵੀ ਤੇਰਾ ਹੁਣ ਕੰਮ ਉਹਦੇ ਲੋਟ ਹੈ, ਹੋਰ ਕੁਛ ਨਹੀਂ ਜੀ, ਪਤਾ ਲੱਗ ਜਾਂਦਾ ਬੰਦੇ ਨੂੰ ਬਾਹਰ ਜਾ ਕੇ ਨਾ, ਪਤਾ ਲੱਗਦਾ ਬਾਈ, ਹਾਂ ਪਤਾ ਲੱਗਦਾ ਨਹੀਂ, ਅਕਲ ਆ ਜਾਂਦੀ ਬੰਦੇ ਨੂੰ ਵੀ ਪੈਸਾ ਕਿੱਕਣਾ ਬਣਦਾ, ਹਾਂ ਵੀ ਕੰਮ ਕਿਵੇਂ ਕਰਨਾ, ਹਾਂ ਵੀ ਕੰਮ ਕਿਵੇਂ ਕਰਨਾ, ਪੈਸਾ ਕਿੱਕਣਾ ਬਣਦਾ, ਪੈਸਾ ਕਿਵੇਂ ਕਰਨਾ, ਹਾਂ ਸਭ ਇਹਦਾ ਪਤਾ ਲੱਗ ਜਾਂਦਾ, ਘਰ ਦੀ ਵੈਲਿਊ ਪਤਾ ਲੱਗ ਜਾਂਦੀ ਹੈ ਬਾਹਰ ਰਹਿੰਦਾ ਨਾ, ਹਾਂ ਉਹੀ ਗੱਲ ਆ ਬਾਈ, ਨਾ ਠੀਕ ਆ ਉਹੀ ਚੱਕਰ ਆ। ਚੱਲੀਏ ਬਾਈ ਹੁਣ ਫਿਰ, ਚੱਲ ਚੱਲੀਏ ਬਾਈ, ਠੀਕ ਨੇ ਗਿਆ ਦਿਨ ਹੁਣ, ਤੇ ਬਾਕੀ ਬਾਈ ਦੇਖ ਲਿਓ ਆਪਾਂ ਨਾ ਦੱਸੂਗੇ ਇਹਦਾ ਵੀ ਕਿੱਦਾਂ ਕੀ ਹਿਸਾਬ ਕਿਤਾਬ ਹੈ, ਤੇ ਵੈਸੇ ਤਾਂ ਵੀਰ ਨਾਲ ਗੱਲ ਹੋਈ, ਵੀਰ ਨੇ ਆਪਾਂ ਨੂੰ ਕਿਹਾ ਹੋਇਆ ਜੇ ਬਾਈ ਚਾਂਸ ਨਾ ਕੋਈ ਗੱਲਬਾਤ ਹੋਈ
ਫਿਰ ਆਪਾਂ ਅਲੱਗ ਦੇ ਵੀਡੀਓ ਵਿੱਚ ਦੱਸ ਦਾਂਗੇ ਵੀ ਬਾਈ ਸੌਦਾ ਬਣਿਆ ਨਹੀਂ ਹੈਗਾ, ਠੀਕ ਨਹੀਂ, ਤੇ ਬਾਕੀ ਦੇਖ ਲਿਓ ਕਿੱਦਾਂ ਵੀ ਹੋਇਆ। ਉਹ ਉੱਧਰ ਉਹ ਵੀ ਖੜਾ ਪਲਟੀਨਾ, ਉਹਦਾ ਵੀ ਹੈ ਕੋਈ? ਚਾਚੇ ਨੂੰ ਦੇਤਾ ਫਿਰ? ਓਹੋ ਚੱਲ ਕੋਈ ਨੀ, ਆਦਾ ਪੈ ਜੂ, ਆਦਾ ਪੈ ਜੂ। ਮੇਰੀ ਗੱਲ ਸੁਣ, ਇਹਨੂੰ ਪਤਾ ਕਿਆ ਕਰਿਆ ਮੈਂ? ਹਾਂ, ਤੇਲ ਬਹੁਤ ਗਿਰ ਰਿਹਾ। ਅੱਛਾ, ਟੈਂਕੀ ਖੜੀ ਸੀ ਤਾਂ ਹੀ ਓਵਰ ਹੁੰਦਾ ਇਹ ਨਾ। ਮੈਂ ਤੇਰਾ ਕਿਆ ਕਹਿੰਦੇ ਇਹਨੂੰ, ਆਹ ਆਹ ਮਗਰਾੜ ਮੈਂ ਨਵਾਂ ਪਵਾਇਆ ਬਾਈ, ਚਲਾਈ ਸਾੜੀ ਵੱਧ ਹੈ ਨਾ, ਫਿਰ ਗਾਰਾ ਦੇਖਣਾ ਨਾ ਕੋਈ ਦੇਖਣਾ, ਵਿੱਚ ਨਹੀਂ ਜਾਂਦਾ, ਵਿੱਚ ਨੂੰ ਉਹੀ ਗੱਲ ਆ। ਧੱਕਾ ਜੀ ਆ ਖੇਤਾਂ ਨੂੰ, ਸਪਲੈਂਡਰ ਨਹੀਂ ਹੈਗਾ ਨਾ। ਹਾਂ, ਸਪਲੈਂਡਰ ਦੇ ਝਾਂਜਰਾਂ ਛਣ ਕੇ ਜਾਂਦੇ ਜਿਹੜੇ, ਉਹੀ ਗੱਲ ਆ ਬਾਈ, ਨਾ ਲੋਟ ਆਏ। ਚਲੋ ਉਹਦੀ ਠੀਕ ਆ ਵੀਰੇ, ਫਿਰ ਓਕੇ ਚਾਚਾ, ਧੰਨਵਾਦ। ਠੀਕ ਆ ਜੀ, ਲੈ ਜੀ ਬਾਈ ਕਾਲਾ ਵੀਰੇ, ਰੋ ਕਾਲੇ ਵੀਰੇ, ਕਿਆ ਹਾਲ ਆ? ਕਾਲਾ ਬਾਈ ਨਹੀਂ ਆਏ ਵੀਡੀਓ 'ਚ, ਕਾਲਾ ਬਾਈ ਥੋੜ੍ਹਾ ਉਹ ਕਾਲੇ ਵੀਰੇ ਠੀਕ ਠਾਕ। ਕਾਲਾ ਬਾਈ ਐਤਵਾਰ ਨੂੰ ਸਾਡੇ ਪਿੰਡੇ ਮਿਲੂਗਾ ਤੁਹਾਨੂੰ, ਹੈਂ, ਚੋਲੀ ਚੱਕਦੇ ਕੋਈ ਗੱਲ ਨਹੀਂ ਬਾਈ। ਆ ਤੁਹਾਨੂੰ ਸਰੋਂ ਵੀ ਦਿਖਾਉਣੀ ਆਪਾਂ ਨੇ, ਦੇਖੋ ਇਹ ਦੂਜੀ ਸਰੋਂ ਲਾਈ ਵੀ ਹੈ, ਜਿਹੜੇ ਆਪਣੇ ਤੋਈਏ ਲੱਗਦੇ ਨਾ ਉਹ ਲਾਏ ਹੋਏ ਆ, ਦੇਖੋ ਬਾਈ ਵਿੱਚ ਬੂਟੇ ਲਾਏ ਹੋਏ ਆ ਤੇ, ਹਾਂ ਤੋਈਏ ਲਾਏ ਹੋਏ ਬਾਈ ਇਹ ਅਮਨੇ ਵੀਰੇ, ਆ ਦੇਖੋ ਵਿੱਚ, ਹਾਂ ਹਾਂ ਨਾ ਡਾਇਆ ਬਣੀ ਹੋਵਰ, ਆ ਦੇਖੋ ਬਾਈ ਵਿੱਚ ਇਹਦਾ ਗੰਨਾ ਲੱਗਿਆ ਵਾ ਅਮਨੇ ਵੀਰੇ, ਵਿੱਚ ਗੰਨਾ ਵੀ ਲਾਇਆ ਵੀਰੇ, ਵਿੱਚ ਗੰਨਾ ਮੇਰੇ ਹਿਸਾਬ ਨਾਲ ਵਿੱਚ ਆਹ 4 ਫੁੱਟ ਦਾ ਗੈਪ ਹੋਊਗਾ, 4 ਫੁੱਟ ਦਾ ਗੈਪ ਹੈ ਵਿੱਚ ਗੰਨਾ ਏ। ਹਾਂ ਬਾਈ ਇਹ 4-5 ਕਿੱਲੇ ਇੱਦਾਂ ਹੀ ਲੱਗੇ ਹੋਏ ਆ, ਉਹ ਉੱਧਰ ਵੀ ਆਪਣੇ ਸਾਰੇ, ਹਾਂ ਸਾਰੇ ਉਹੀ ਲੱਗੇ ਹੋਏ ਆ। ਹੁਣ ਇਹਦੇ ਮੈਂ 2 ਸਾਲ ਗੰਨਾ ਖੜਨਾ, ਲਓ ਜੀ ਉਹ ਦੇਖੋ, ਲਓ ਬਾਈ ਤਰੀਕਾ ਵੈਸੇ ਠੀਕ ਆ ਮਨੇ ਵੀਰੇ ਇਹ, ਪਰ ਆਏ ਆ ਪਰ, ਹਾਂ ਇੱਕ ਅੱਖ ਵਾਲਾ, ਇਹ ਸਿੰਗਲ ਬੱਟ ਕਹਿੰਦੇ ਜਿਹਨੂੰ ਆਪਾਂ, ਠੀਕ ਆ, ਹਾਂ ਗੁੱਲੀਆਂ ਗੁੱਲੀਆਂ ਇੱਕ ਇੱਕ ਅੱਖ, ਇੱਕ ਇੱਕ ਅੱਖ ਨਾ ਇੱਕ ਇੱਕ 2-2 ਫੁੱਟ ਦੂਰ ਲਾਈ ਵੀ ਹੈ ਇਹਦੇ ਨਾਲ। ਆਏ ਆ ਆਪਣੇ ਬੀਜ, ਇੱਕ ਤਾਂ ਜੇ ਮੰਨ ਕੇ ਆਪਣਾ 25 ਕੁਇੰਟਲ ਬੀਜ ਪੈਂਦਾ, ਐਂ ਪੈਣਾ ਬੀਜ ਆਪਣਾ ਸਾਰਾ 10 ਕੁਇੰਟਲ ਘੱਟ ਪੈਂਦਾ। ਹਾਂ, ਜਾਣੀ ਕਿ ਜਿਹੜਾ ਸਿੱਧਾ ਕਰਨਾ ਨਾ ਉਹ ਗਰੋਥ ਵੱਧ ਕਰਦਾ, ਫਟਾਰਾ ਵੱਧ ਕਰਦਾ, ਹਾਂ ਬਸ ਬਸ ਉਹੀ ਚੀਜ਼ ਆ। ਫਿਰ ਆਏ ਆਪਣੇ ਇਹ ਸਰੋਂ ਨਾ ਚਿੱਕਣਾ ਆਪਣੇ ਬਾਈ ਚਾਂਸ, ਕਈ ਵਾਰ ਆਪਾਂ ਸਰੋਂ ਲਾਉਣ ਤੇ ਲੇਟ ਹੋ ਜਾਂਦੇ ਆ, ਇਹ ਸਰੋਂ ਬੇਸ਼ੱਕ ਤੂੰ 1.5 ਮਹੀਨਾ ਲੇਟ ਲਾ ਦੇ, ਤੂੰ ਆਪਣੀ ਕਿਤੇ ਲੱਗ ਲਾ ਲੈ ਥੋੜੀ ਜਿਹੀ ਥੋਂ ਚ ਬੀਜ ਲੈ, ਉਹਨੂੰ ਲਾ ਕੇ ਪੱਟ ਪੱਟ ਕੇ ਬਸ ਟਰਾਂਸ, ਜਿੱਦਾਂ ਆਪਾਂ ਉਹ ਲਾਉਣੇ ਝੋਨਾ ਲਾਉਣੇ, ਮਿਹਨਤ ਤਾਂ ਹੈਗੀ ਬਾਈ, ਲੇਬਰ ਚਾਹੀਦੀ ਲਾਉਣ ਨੂੰ, ਪਰ ਐਂ ਆ ਜਿਗਣਾ ਕਈ ਵਾਰ ਆਪਣਾ ਗੰਨਾ ਕਈ ਵਾਰ ਲੇਟ ਹੁੰਦੀ ਸਰੋਂ। ਇੱਕ ਚੀਜ਼ ਹੋਰ ਦੇਖ ਜੱਗੂ, ਤੋਈਏ ਲੱਗੇ ਪਏ ਨਾ, ਗੈਪ ਦੇਖ ਕਿੰਨਾ ਦਿੱਤਾ ਹੋਇਆ ਤੇ ਬੂਟਾ ਵੀ ਦੇਖ ਕਿੰਨਾ ਫਲਿਆ ਹੋਇਆ ਸਰੋਂ ਦਾ, ਹਾਂ ਬੂਟੇ ਲੱਗ ਗਏ ਵਿੱਚ ਗੰਨਾ ਹੋ ਜਾਣਾ ਤੇ ਗਾਹਾਂ ਨੂੰ ਬੂਟੇ ਵਧੀ ਜਾਣੇ, ਇਹਨੇ ਜਾ ਕੇ ਨਾਲੇ ਰਲ ਜਾਣਾ। ਆਪਾਂ ਵੀ ਚੱਲੀਏ ਬਾਈ, ਹੈ ਵੀਰੇ, ਹਾਂ 3 ਫਸਲਾਂ ਹੋ ਗਈਆਂ ਬਾਈ ਅਮਨੇ ਵੀਰੇ, ਖੇਤੀ ਵੀ ਹੁਣ ਨਾ ਢੰਗ ਦੀ ਹੋ ਰਹਿ ਗਈ ਜੇ ਆਪਾਂ ਕਹੀਏ ਨਾ,
ਵੀ ਦੂਏ ਤਰ੍ਹਾਂ ਹੀ ਖੇਤੀ ਵੀ ਹੁਣ ਜਿਹੜਾ ਬੰਦਾ ਵਧੀਆ ਤਰੀਕੇ ਨਾਲ ਕਰਦਾ ਉਹੀ ਚਾਰ ਪੈਸੇ ਕਮਾ ਸਕਦਾ, ਨਹੀਂ ਤਾਂ ਵਾ ਖੇਤੀ 'ਚ ਵੀ ਹੁਣ ਰੱਬੇ ਰੱਖ ਆ ਬਾਈ ਗਾਂਹ ਗਾਂਹ। ਚਲੋ ਠੀਕ ਆ ਬਾਈ, ਚੱਲੀਏ, ਹਨੇਰਾ ਹੋ ਗਿਆ ਅਤੇ ਅੱਜ ਕੋਈ ਟਰੈਕਟਰ ਦੀ ਵੀਡੀਓ ਬਣੀ ਨਹੀਂ ਬਾਈ, ਅੱਜ ਤੁਹਾਨੂੰ ਪਤਾ ਐਤਵਾਰ ਤਾਂ ਪਿੰਡੇ 'ਤੇ ਅੱਜ, ਠੀਕ ਹੈ ਜੀ। ਜੇ ਕਿਸੇ ਨੇ ਵੀ ਕਿਸੇ ਵੀਰ ਨੇ ਬਾਈ ਟਰੈਕਟਰ ਲੈਣਾ ਹੁੰਦਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਜੀ, ਥੱਲੇ ਨੰਬਰ ਮੈਨਸ਼ਨ ਨੰਬਰ ਸਭ ਨੂੰ ਪਤਾ ਹੀ ਆ, ਅਤੇ ਰੋਪੜ ਆਪਣੇ ਤੁਹਾਨੂੰ ਪਤਾ ਵੀ ਟਰੈਕਟਰ ਖੜ੍ਹਦੇ ਆ, ਅਤੇ ਕੋਈ ਵੀਰ ਨੇ ਜਿਹੜੇ ਵੀ ਮੇਰਾ ਵੀ ਟਰੈਕਟਰ ਦੀ ਫੋਟੋਆਂ ਪਾਉਂਦਾ ਮੇਰਾ ਵੀ ਟਰੈਕਟਰ ਦੀ ਸਾਰੀ ਡਿਟੇਲ ਨਾਲ ਭੇਜਿਆ ਕਰੋ, ਠੀਕ ਹੈ ਜੀ, ਕਿਹੜਾ ਮਾਡਲ ਹੈ, ਕਿੰਨੇ ਦਾ ਦੇਣਾ। ਅਤੇ ਅੱਜ ਦੀ ਵੀਡੀਓ 'ਚ ਇੰਨਾ ਹੀ ਜੀ, ਜੇ ਵੀਡੀਓ ਵਧੀਆ ਲੱਗੀ ਤਾਂ ਬਾਈ ਲਾਈਕ ਕਰ ਦਿਓ ਅਤੇ ਯੂਟਿਊਬ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਮਿਲਦੇ ਕਿਸੇ ਹੋਰ ਨਵੇਂ ਵਲੌਗ 'ਚ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।